हेलो फ्रेंड्स आप जीता मेरे YouTube चैनल विच बहुत-बहुत स्वागत है आज दी वीडियो दे विच असि को लेटेस्ट अपडेट दे रिगार्डिंग डिस्कस करेंगे तुसी हेडिंग देख ही सकदे हो ईटीटी पोस्टन दी ਭਰਤੀ ਨਿਯਮਾਂ विच ਉਲੰਘਣਾ ਦਾ ਦੋਸ਼ सो एदे विच ਦੱਸਿਆ ਕਿ ਹੋਇਆ ਮੇਨ ਜਿਹੜੀ ਗੱਲ ਹੋ ਮੈਂ ਦੱਸ ਦਿਨਾ ਕਿ ਤੁਹਾਨੂੰ ਪਤਾ ਹੈ ਇਹ ਕੈਟਾਗਰੀ ਚੇਂਜ ਦਾ ਇਹਨਾਂ ਨੇ ਪਿੱਛੇ ਜੇ ਸਟਾਰਟ ਕੀਤਾ ਸੀ ਪ੍ਰੋਸੈਸ ਜਦੇ ਵਿੱਚ ਜਿੰਨਾ ਕੈਂਡੀਡੇਟਸ ਦੀ ਕੈਟਾਗਰੀ ਗਲਤ ਹੈ ਉਹ ਆਪਣੀ ਕੈਟਾਗਰੀ ਚੇਂਜ ਕਰ ਸਕਦੇ ਸੀ ਤਾਂ ਉਹਦੇ ਰਿਗਾਰਡਿੰਗ ਦੱਸਿਆ ਹੋਇਆ ਹੈ ਸਟਾਰਟਿੰਗ ਤੋਂ ਪੜਨ ਲੱਗਾ ਮੈਂ ਇਥੋਂ ਸਿੱਖਿਆ ਵਿਭਾਗ ਪੰਜਾਬ ਵੱਲੋਂ ईटीटी 23 ਚੋਂ ਪੋਸਟਾਂ ਭਰਨ ਲਈ ਜੋ ਪ੍ਰਕਿਰਿਆ ਸ਼ੁਰੂ ਕੀਤੀ ਸੀ ईटीटी ਦੀ ਭਰਤੀ ਲਈ ਸਕਿਉਰਟੀ ਟੈਸਟ ਜੋ ਕਿ 29 ਨਵੰਬਰ ਨੂੰ ਟੈਸਟ ਲਿਆ ਗਿਆ ਸੀ ਅਤੇ ਇਸ ਸੰਬੰਧੀ ਮੈਰਿਟ ਲਿਸਟ ਵੀ ਤਿਆਰ ਕੀਤੀ ਗਈ ਸੀ ਤੇ ਬਾਅਦ ਵਿੱਚ ਵਿਭਾਗ ਵੱਲੋਂ ਕੈਟਾਗਰੀ ਬਲੰਦਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਸੀ ਇਸ ਸੰਬੰਧ ਵਿੱਚ ਆਰਥਿਕ ਕਮਜ਼ੋਰ ਵਰਗ ਦੇ ਜਿਹੜੇ ਸੀਗੇ ਜਨਰਲ ਕੈਟਾਗਰੀ ਦੇ ਕੈਂਡੀਡੇਟ ਦੀ ਸਿਕਿਉਰਿਟੀ ਤੇ ਜਾ ਚੁੱਕੇ ਉਮੀਦਵਾਰ ਦੱਸੇ ਹੋਏ ਕਾਫੀ ਜ਼ਿਆਦਾ ਉਮੀਦਵਾਰ ਉਸ ਤੋਂ ਬਾਅਦ ਜਿਹੜੀ ਮੇਨ ਚੀਜ਼ ਤੇ ਆਨਾ ਅੱਗੇ ਮੈਂ ਅਪਲਾਈ ਕਰ ਚੁੱਕੇ ਹਮੇਦਵਾਰ ਚ ਨਰਾਸ਼ਾ ਪਾਈ ਜਾ ਰਹੀ ਹੈ ਕਿ ਇਸ ਨੂੰ ਪਰਤੀ ਨਿਯਮਾਂ ਦੀ ਉਲੰਘਣਾ ਦੱਸ ਰਹੇ ਹਨ ਬਿਕੋਜ਼ ਮੇਰੇ ਅਕੋਰਡਿੰਗ ਵੀ ਫਰੈਂਡਸ ਇਹ ਜਿਹੜੀ ਕੈਟਾਗਰੀਜ਼ ਵੈਰਾ ਸਭ ਕੁਝ ਪਹਿਲੇ ਹੋਣਾ ਚਾਹੀਦਾ ਜਦ ਮੈਰਿਡ ਲਿਸਟ ਇਸ਼ੂ ਕਰਤੀ ਉਸ ਤੋਂ ਬਾਅਦ ਆ ਕੈਟਾਗਰੀ ਚੇਂਜ ਕਰਨ ਦਾ ਕੋਈ ਪ੍ਰੋਸੈਸ ਹੋਣਾ ਹੀ ਨਹੀਂ ਚਾਹੀਦਾ ਠੀਕ ਹੈ ਜੀ ਕੋਈ ਬੜਾ ਰੇਅਰ ਕੇਸ ਹੁੰਦਾ ਹੈ ਕਿ ਜਿਹਦੇ ਵਿੱਚ ਕੈਟਾਗਰੀ ਵੈਰਾ ਚੇਂਜ ਹੁੰਦੀ ਹੈ ਅਦਰਵਾਈਜ਼ ਦਾ ਕੋਈ ਕੇਸ ਨਹੀਂ ਹੁੰਦਾ ਜਿਹਦੇ ਵਿੱਚ ਤੁਸੀਂ ਕੈਟਾਗਰੀ ਵੈਰਾ ਚੇਂਜ ਕਰ ਸਕੋ ਨੈਕਸਟ ਆਨੇ ਆ ਜੀ ਦੱਸਿਆ ਹੋਇਆ ਉਕਤ ਨੇ ਦੱਸਿਆ ਕਿ ਸਿੱਖਿਆ ਭਾਗ ਦੇ ਇਸ ਨੋਟੀਫਿਕੇਸ਼ਨ ਨਾਲ ਕਈ ਜਨਰਲ ਵਰਗ ਦੇ ਇਹ ਧਿਆਨ ਦੇਣਾ ਜੀ ਕਈ ਜਨਰਲ ਵਰਗ ਦੇ ਉਮੀਦਵਾਰ ਹੁਣ ਆਪਣੀ ਕੈਟਾਗਰੀ ਬਦਲ ਕੇ ਅਪਲਾਈ ਕਰ ਰਹੇ ਹਨ ਠੀਕ ਹੈ ਜੀ ਕਾਫੀ ਚੱਕਰ ਪਿਆ ਰਿਹਾ ਜੀ ਜਨਰਲ ਵਰਗ ਦੇ ਠੀਕ ਹੈ ਜੀ ਉਮੀਦਵਾਰਾਂ ਵੱਲੋਂ ਹੁਣ ਠੀਕ ਹੈ ਜਿਹੜੀ ईडब्ल्यूएस ਕੈਟਾਗਰੀ ਆਰਥਿਕ ਕਮਜ਼ੋਰ ਵਰਗ ਕੈਟਾਗਰੀ ਠੀਕ ਹੈ ਅਧੀਨ ਅਪਲਾਈ ਕਰ ਰਹੇ ਹਨ ਜੋ ਕਿ ਪਹਿਲਾਂ ਤੋਂ ਹੀ ਠੀਕ ਹੈ ਜੀ ਇਹ ਜਿਹੜੀ ਕੈਟਾਗਰੀ ਦੇ ਅਧੀਨ ਅਪਲਾਈ ਕਰ ਚੁੱਕੇ ਹਨ ਇਸ ਤਰ੍ਹਾਂ ਜਨਰਲ ਕੈਟਾਗਰੀ ਵੱਲੋਂ ਵੀ ਅਪਲਾਈ ਕੈਟਾਗਰੀਆਂ ਠੀਕ ਹੈ ਜੀ ईडब्ल्यूएस ਚ ਬਦਲਣ ਜਾਂ ਬਦਲ ਕੇ ਅਪਲਾਈ ਕਰ ਰਹੇ ਹਨ ਉਕਤ ਨੇ ਦੱਸਿਆ ਕਿ ਇਹ ਸਰਟੀਫਿਕੇਟ ਅਪਲਾਈ ਕਰਨ ਦੀ ਮਿਤੀ ਤੋਂ ਹੀ ਮੰਨੇ ਜਾਣ ਤਦ ਕੀ ਬਹੁਤ ਸਾਰੇ ਉਮੀਦਵਾਰ ਹੁਣ ਨਮੀਆਂ ਠੀਕ ਹੈ ਜੀ ਤਰੀਕਾ ਚ ਸਰਟੀਫਿਕੇਟ ਬਣਾ ਕੇ ਵਿਭਾਗ ਨੂੰ ਦਿੰਦੇ ਪਏ ਨੇ ਬਿਲਕੁਲ ਸਹੀ ਕਿਹਾ ਹੋਇਆ ਜੀ ਜਿਨ੍ਹਾਂ ਵੀ ਕੈਂਡੀਡੇਟਸ ਨੇ ਕਿਹਾ ਹੈ ਮੈਂ ਇਹਨਾਂ ਨਾਲ ਬਿਲਕੁਲ ਐਗਰੀ ਹਾਂ ਜੀ ਨੈਕਸਟ ਵਿੱਚ ਦੱਸਿਆ ਹੋਇਆ ਇਸ ਕੈਟਾਗਰੀ ਵਰਗ ਅਧੀਨ ਪਹਿਲਾਂ ਅਪਲਾਈ ਕਰਨ ਵਾਲਿਆਂ ਨੇ ਸਿੱਖਿਆ ਵਿਭਾਗ ਦੇ ਇਸ ਕਦਮ ਨੂੰ ਠੀਕ ਹੈ ਜੀ ਤੁਗਲਗੀ ਫਰਮਾਨ ਦੱਸਿਆ ਹੈ ਸਿੱਖਿਆ ਵਿਭਾਗ ਦੀ ਭਰਤੀ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਮੈਮੀ ਦੀ ਫਰਸਟ ਟਾਈਮ ਹੀ ਦੇਖਿਆ ਤਾਂ ਕਦੀ ਵੈਸੇ ਹੁੰਦਾ ਨਹੀਂ ਹੈ ਕਿ ਸਭ ਕੁਝ ਹੋ ਗਿਆ ਮੈਰਿਟ ਵੈਰਾ ਆ ਗਈ ਜੀ ਉਸ ਤੋਂ ਬਾਅਦ ਤੁਸੀਂ ਠੀਕ ਹੈ ਜੋ ਅਫੀਸਰ ਵੈਰਾ ਆ ਗਿਆ ਕੈਟਾਗਰੀ ਵੈਰਾ ਚੇਂਜ ਕਰ ਸਕੋ ਠੀਕ ਹੈ ਜੀ ਉਹਨਾਂ ਨੇ ਕਿਹਾ ਕਿ ਜੇ ਵਿਭਾਗ ਆਪਣਾ ਫੈਸਲਾ ਨਹੀਂ ਬਦਲਤਾ ਤਾਂ ਉਹ ਇਹ ਜਿਹੜਾ ਪੂਰਾ ਸਟੈਪ ਹੈ ਹਾਈ ਕੋਰਟ ਵਿੱਚ ਜਾ ਕੇ ਆਪਣੀ ਜੋ ਵੀ ਐਪਲੀਕੇਸ਼ਨ ਵੈਰਾ ਦੇਣਗੇ ਕਿ ਇਹਨਾਂ ਨੇ ਤਾਂ ਦਾ ਕੀਤਾ ਸੋ ਫਰੈਂਡਸ ਇਹਨਾਂ ਨੇ ਜੋ ਵੀ ਕੈਂਡੀਡੇਟਸ ਨੇ ਕਿਹਾ ਮੇਰੇ ਅਕੋਰਡਿੰਗ ਅਗਰ ਮੇਰਾ ਤੁਸੀ ਥਿ ਵਯੂ ਮੰਨੋ ਬਿਲਕੁਲ ਸਹੀ ਨਾ ਨੇ ਕਿਹਾ ਵੈਸੇ ਇਦਾਂ ਹੁੰਦਾ ਨਹੀਂ ਹੈ ਅਜ ਤੱਕ ਮੈਂ ਵੀ ਕਾਫੀ ਜ਼ਿਆਦਾ ਟੈਸਟ ਵੈਰਾ ਦਿੱਤੇ ਆ ਫਿਲ ਵੀ ਕੀਤੇ ਆ ਕਾਫੀ ਜ਼ਿਆਦਾ ਕੀਤਾ ਹੈ ਤਾਂ ਸਕ ਇਦਾਂ ਤਾਂ ਕਦੀ ਨਹੀਂ ਹੋਇਆ ਕੋਈ ਰੇਅਰ ਕੇਸ ਚਲੋ ਹੋ ਜਾਂਦਾ ਹੈ ਬੜਾ ਰੇਅਰ ਕੇਸ ਹੁੰਦਾ ਵੈਸੇ ਇਦਾਂ ਹੁੰਦਾ ਨਹੀਂ ਹੈ ਬਹੁਤ ਰੇਅਰ ਕੇਸ ਹੁੰਦਾ ਹੈ ਤਾਂ ਬਾਕੀ ਫਰੈਂਡਸ ਮੇਰੀ ਕੋਈ ਤੁਹਾਨੂੰ ਲੋਡ ਪੇ ਤਾਂ ਆਮ ਵਿਦ ਯੂ ਤਾਂ ਬਾਕੀ ਐਸੀ ਫਰੈਂਡਸ ਲੇਟਰਸ ਅਪਡੇਟਸ ਬਾਕੀ ਮੇਰੇ ਖਿਆਲ ਨਾਲ ਸਾਰਾ ਪ੍ਰੋਸੈਸ ਹੋ ਹੀ ਗਿਆ ਤੁਸੀ ਸਿਕਿਉਰਿਟੀ ਵੈ ਤੁਸੀਂ ਦੇਖਿਆ ਵੀ ਹੁਣ ਪਿੱਛੇ ਜੇ ਇੱਕ ਲੈਟਰ ਵੀ ਅਪਡੇਟ ਹੋਇਆ ਸੀ ਉਹਦੇ ਵਿੱਚ ਤੁਹਾਡੀ ਪੁਰਾਣੀ ਕੈਟੀਗਰੀ ਸੀ ਅਤੇ ਅਪਡੇਟਡ ਕੈਟੇਗਰੀ ਸੀ ਮੇਰੇ ਖਿਆਲ ਨਾਲ 200 ਪਲੱਸ ਕੈਂਡੀਡੇਟ ਦਾ ਡਾਟਾ ਸੀਗਾ ਉਹਦੇ ਵਿੱਚ ਉਹ ਵੀ ਤੁਸੀਂ ਲਿਸਟ ਦੇਖ ਸਕਦੇ ਹੋ ETT ਵਾਲੇ ਪੈਨਲ ਤੇ ਅਪਲੋਡ ਹੈ ਟੌਪ ਤੇ ਹੀ ਸ਼ੋ ਹੁੰਦੀ ਪਈ ਹੈ ਬਾਕੀ ਕੋਈ ਵੀ ਅਦਾਂ ਦੀਆਂ ਫਾਰਮ ਹੋਰ ਅਪਡੇਟਸ ਆਉਂਦੀਆਂ ਉਹਦੇ ਲਈ ਸਾਡੇ ਨਾਲ ਜੁੜੇ ਰਹੋ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਨੀਡੀ ਫਰੈਂਸ ਨਾਲ ਜਰੂਰ ਸ਼ੇਅਰ ਕਰੋ ਆ ਦੇਖੋ ਇੱਥੇ ਮੇਨ ਪੁਆਇੰਟ ਇਹਨਾਂ ਨੇ ਦੱਸਿਆ ਹੋਇਆ ETT ਭੜਤੀ ਲਈ 29 ਨਵੰਬਰ ਨੂੰ ਲਿਆ ਸੀ ਸਕਿੰਟੀ ਟੈਸਟ ਵਿਭਾਗ ਨੇ ਕੈਟੇਗਰੀ ਬਦਲਣ ਦਾ ਕੱਢਿਆ ਨੋਟਿਸ ਇਸ ਦੇ ਰਿਗਾਰਡਿੰਗ ਹੀ ਦੋ ਮੇਨ ਪੁਆਇੰਟ ਇਨਾ ਨੇ ਇਥੇ ਐਕਸਪਲੇਨ ਕੀਤੇ ਹੋਏ ਹੈ। ਜ਼ਰ ਰਿਗਾਰਡਿੰਗ ਫਦਰ ਅਪਡੇਟਸ ਵਾਸਤੇ ਜ਼ਰੂਰ ਸਾਨੂੰ ਫੋਲੋ ਕਰੋ ਅਤੇ ਆਪਣੇ ਫਰੈਂਡਸ ਨਾਲ ਵੀ ਜ਼ਰੂਰ ਸ਼ੇਅਰ ਕਰੋ। ਸੋ ਥੈਂਕ ਯੂ ਫਰੈਂਡਸ ਫੋ ਵਾਚਿੰਗ ਦਿਸ ਵੀਡੀਓ ਐਂਡ ਫੋਰ ਯਰ ਵੈਲਿਊਏਬਲ ਟਾਈਮ।